फगवाड़ा विखे उस समय हंगामा हो गया जदों अपने आप नूं सोनीपत पुलिस दे अधिकारी दस के आए। जाली नंबर लगा के आए अधिकारियों वालों फगवाड़ा दे हदियाबाद तो तीन व्यक्तियों नूं चोरी दे मामले विच गिरफ़्तार कर लिया गया। उक्त व्यक्तियों की गिरफ़्तारी तो बाद इलाका वासियों ने दोवें गड्डियां भी सवार होकर आए पुलिस कर्मचारियों नूं रोक के पुछगिछ की गई ਤਾਂ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਇਸ ਸੰਬੰਧੀ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨ ਸ਼ਿਵਮ ਦੀ ਮਾਂ ਰੀਤੂ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਬਿਨਾਂ ਕਿਸੇ ਕੇਸ ਦੇ ਮਾਮਲੇ ਵਿੱਚ ਪੁਲਿਸ ਚੁੱਕ ਕੇ ਲੈ ਗਈ ਹੈ, ਜਦਕਿ ਉਸ ਦਾ ਲੜਕਾ ਕਦੀ ਵੀ ਹਰਿਆਣੇ ਨਹੀਂ ਗਿਆ। ਕੀ ਨਾਂ ਤੁਹਾਡੇ ਮੁੰਡੇ ਦਾ? ਕਿਹੜੀ ਜਗ੍ਹਾ ਰਹਿੰਦੇ ਤੁਸੀਂ? ਅਸੀਂ ਹਰਿਆਵਾਦ ਰਹੇ। ਮੁੰਡੇ ਨੂੰ ਫੜਿਆ? ਮੁੰਡੇ ਨੂੰ ਮੰਦਰ 'ਚ ਬੈਠਾ ਸੀ, ਮੇਲਾ ਸਾਡੇ ਘਰੇ, ਮੇਲਾ ਕਰਵਾਉਂਦੇ। ਮੁੰਡੇ ਦਾ ਨਾਂ ਕੀ ਹੈ ਜੀ ਤੁਹਾਡੇ ਦਾ? ਸ਼ਿਵਮ। ਸ਼ਿਵਮ, ਹਾਂਜੀ। अधिकारी कोई गल बात की? उधर हिंदू नेता दीपक भारद्वाज ने दस्या कि इलाका वासियों ने जदों उक्त गड्डियां नूं रोकिया तां देखिया कि दोवें गड्डियां दे नंबर जाली सन, जिस तों बाद ही फगवाड़ा पुलिस दे उच्च अधिकारी मौके ते पहुंचे। उन्हां कहा कि इस मामले की पूरी तफ्तीश होनी चाहीदी है। 12 बजे के करीब, 12:30 बजे के करीब हदियाबाद चौंक दे विचों कोई दो सोमो सीगियां, एक उन्हां दे नंबर मोहरे होर सी, दोनों गड्डियां दे यूपी दिल्ली पिछे लुधियाना ते चंडीगढ़ दे नंबर सी, ओपरियां गड्डियां सी, सिविल च बंदे सीगे। उन्हां नूं बंदियां नूं उत्थे मुंडियां नूं हदियाबाद तों फड़ लिया, पता नहीं केस केस चड़िया, सानूं उहदे बारे कोई पता नहीं। असीं सनामपुर थाने आ के पुछिया कि कोई बंदे फड़े आ हदियाबाद दे, साडे कोल जदों दे घर दे आए असीं पुछिए, कहिंदे सानूं कोई इतलाह नहीं, साडे कोई नहीं आए। असीं थानेपुरे खड़े दे गड्डियां लठा के लै के नठ गए, अगे जा के पब्लिक ने इन्हां दीआं गड्डियां रोकियां, तां उन्हां जो पुछिया की आ, फिर कहिंदे असीं हरियाणा पुलिस आ, असीं लिजा सकदे जिदां मर्जी, असीं कोई लोकल पुलिस नूं इतलाह नहीं देनी। इन्हां ने कोई लोकल पुलिस नूं इतलाह दित्ते तों बगैर तां इह लै गए धक्के नाल। ਸਾਨੂੰ ਸ਼ੱਕ ਲੱਗੇ ਕੋਈ ਗੁੰਡੇ ਆ ਕੋਈ, ਜਾਂ ਕੋਈ ਮੁੰਡਿਆਂ ਨੂੰ ਜਿਹੜਾ ਅਪਹਰਨ ਅਪਹਰਨ ਕਰਕੇ ਚੱਲੇ ਆ, ਅਸੀਂ ਪੁੱਛਣਾ ਚਾਹੀਏ ਵੀ ਕਾਹਦੇ ਚੱਲੇ, ਕੌਣ ਆ? ਅਸੀਂ ਰੋਕਿਆ ਉਹਨੇ ਮੁੰਡਿਆਂ ਨੇ ਰੋਕਿਆ ਸਾਡੇ ਨੇ ਜਾ ਕੇ, ਮੈਂ ਵੀ ਮਗਰ ਗਿਆ ਜਿੱਥੇ ਰੋਕਿਆ ਸੀ, ਉੱਥੇ ਜਾ ਕੇ ਦੇਖਿਆ ਤਾਂ ਅਸੀਂ ਪੁੱਛਿਆ, ਕਹਿੰਦੇ ਜੀ ਅਸੀਂ ਪੁਲਿਸ ਵਾਲੇ ਹਾਂ, ਯੂਪੀ ਪੁਲਿਸ ਹਾਂ। ਫਿਰ ਅਸੀਂ ਸੰਬੰਧਿਤ ਪੁਲਿਸ ਬੁਲਾਈ ਥਾਣਾ ਸਨਾਮਪੁਰ ਤੋਂ ਬੁਲਾਈ ਆ, ਉਹ ਸਾਹਮਣੇ ਸਨਾਮਪੁਰ ਲੈ ਆ ਉਹਨਾਂ ਨੂੰ ਸਾਰਿਆਂ ਨੂੰ ਪੁੱਛਗਿੱਛ ਕਰਨਗੇ। ਇਸ ਬਾਬਤ DSP ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਪੁਲਿਸ ਵੱਲੋਂ ਫਗਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਸੋਨੀਪਤ ਪੁਲਿਸ ਵੱਲੋਂ ਫਗਵਾੜਾ ਤੋਂ ਚੋਰੀ ਦੇ ਮਾਮਲੇ ਵਿੱਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ, ਜਿਸ ਬਾਬਤ ਉਹਨਾਂ ਥਾਣਾ ਸਤਨਾਮਪੁਰਾ ਵਿਖੇ ਜਾਣ ਦੀ ਬਜਾਏ ਗਲਤੀ ਨਾਲ ਥਾਣਾ ਸਿਟੀ ਵਿਖੇ ਦੱਸ ਦਿੱਤਾ ਗਿਆ ਸੀ। ਦੇਖੋ, ਇਹ ਇਸ ਤਰ੍ਹਾਂ ਹੈ ਕਿ ਹਰਿਆਣਾ ਪੁਲਿਸ ਵੱਲੋਂ ਸਾਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਇਹਨਾਂ ਨੇ ਆ ਕੇ ਇੱਥੇ ਜਿਹੜਾ ਹੈਗਾ ਚੋਰੀ ਦੇ ਕਿਸੇ ਮਾਮਲੇ ਦੇ ਵਿੱਚ ਇਹਨਾਂ ਨੇ ਜਿਹੜਾ ਬੰਦਾ ਫੜਨਾ ਹੈਗਾ, ਦੋਸ਼ੀ ਫੜਨਾ, ਜੋ ਕਿ ਸਾਡੇ ਹੀ ਏਰੀਆ ਦੇ ਵਿੱਚ ਹੈਗੇ, ਅਤੇ ਜਿਸ ਤੋਂ ਬਾਅਦ ਆ ਕੇ ਉਹਨਾਂ ਨੇ ਜਿਹੜਾ ਹੈਗਾ ਆਪਣੀ ਕਾਰਵਾਈ ਕਰਦੇ ਹੋਏ ਜਿਹੜਾ ਬੰਦਾ ਫੜ। ਜਾਲੀ ਨੰਬਰ ਲਾ ਕੇ ਦੋ ਗੱਡੀਆਂ ਵੀ ਸੋਨੀਪਤ ਪੁਲਿਸ ਦੇ ਆਉਣ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਅਗਰ ਹਰਿਆਣਾ ਪੁਲਿਸ ਦੀਆਂ ਗੱਡੀਆਂ ਦੇ ਜਾਲੀ ਨੰਬਰ ਪਾਏ ਗਏ ਤਾਂ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ, ਇਹਦੀ ਅਸੀਂ ਜੇ ਵੈਰੀਫਾਈ ਕਰਾਂਗੇ, ਉਸ ਤੋਂ ਬਾਅਦ ਹੀ ਮੈਂ ਇਸ ਬਾਰੇ ਕੁਝ ਕਹਿਣ ਦੇ। ਮੌਕੇ ਤੇ ਮੀਡੀਆ ਨੇ ਦੇਖਿਆ ਕਿ ਦੋਨੇ ਨੰਬਰ ਅੱਗੇ ਪਿੱਛੇ ਹਰਿਆਣਾ ਔਰ ਪੰਜਾਬ ਦੇ ਦੋ ਨੰਬਰ ਅਲੱਗ ਅਲੱਗ ਲੱਗੇ ਹੋਏ ਨੇ, ਤੇ ਕੀ ਤੁਹਾਡੇ ਕੋਲ ਜਿਹੜਾ ਉਹ ਹਾਜ਼ਰੀ ਲਾ ਕੇ ਗਏ ਸੀ ਬੰਦੇ ਤੇ ਆਪਣਾ ਮੁਲਾਜ਼ਮ ਕੌਣ ਗਿਆ ਸੀ ਉਹਨਾਂ ਦੇ ਨਾਲ ਅਰੈਸਟ ਪਾਉਣ ਲਈ? ਇਹ ਜੀ, ਸਾਡੇ ਕੋਲ ਜੀ ਇਹਨਾਂ ਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਹੋਈ ਸੀਗੀ, ਇਹ ਦੋ ਥਾਣਿਆਂ ਦੀ ਹੱਦਬੰਦੀ ਦੀ ਪ੍ਰੋਬਲਮ ਆ ਗਈ ਸੀਗੀ। ਇਹ ਜਿਹੜਾ ਪੁਲਿਸ ਸਟੇਸ਼ਨ ਜਿਹੜਾ ਸਿਟੀ ਹੈ ਉਹ ਅੰਡਰ ਇੰਪ੍ਰੈਸ਼ਨ ਸੀਗੀ ਕਿ ਪੁਲਿਸ ਸਟੇਸ਼ਨ ਸਿਟੀ ਦਾ ਏਰੀਆ ਹੈਗਾ, ਤਾਂ ਜੋ ਉਹ ਉੱਧਰ ਚੱਲੇ ਸੀ, ਅਤੇ ਇਹਨਾਂ ਨੂੰ ਇਹਨਾਂ ਨੇ ਇਸ ਵਕਤ ਤੱਕ ਜਿਹੜੇ ਆ ਸਾਡੇ ਏਰੀਏ 'ਚ 3 ਬੰਦੇ। ਮੈਂ ਇਸ ਚੀਜ਼ ਦੀ ਤੁਹਾਨੂੰ ਮੈਂ ਪਹਿਲਾਂ ਦੱਸੀ ਜਾ ਰਿਹਾ, ਮੈਂ ਇਸ ਚੀਜ਼ ਦੇ ਬਾਰੇ ਜਿਹੜੀ ਰਿਪੋਰਟ ਬਣਾਈ ਜਾਊਗੀ, ਇਹਨਾਂ ਦੇ ਆਫਿਸਰਸ ਨੂੰ ਦੱਸਿਆ ਜਾਊਗਾ। ਬਿਲਕੁਲ ਜੀ, ਬਿਲਕੁਲ, ਜੇਕਰ ਇਸ ਤਰ੍ਹਾਂ ਦਾ ਕੁਝ ਪਾਇਆ ਜਾਏਗਾ ਅਸੀਂ ਆਪਣੇ ਲੈਵਲ 'ਤੇ ਕਾਰਵਾਈ ਕਰਾਂਗੇ ਜੀ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਸੋਨੀਪਤ ਵਿਖੇ ਹੋਈ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗੱਡੀਆਂ ਉੱਪਰ ਜਾਲੀ ਨੰਬਰ ਲਾਉਣ ਦੇ ਮਾਮਲੇ ਸੰਬੰਧੀ ਬੋਲਦਿਆਂ ਉਹਨਾਂ ਆਖਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਕਿਆ ਮਾਮਲਾ ਥੋ ਜੋ ਆਜ ਪੰਜਾਬ ਕੇ ਫਗਵਾੜਾ ਸ਼ਹਿਰ ਮੈਂ ਆਇਆ, ਕਿਆ ਮਾਮਲਾ ਥਾ ਜੋ ਲੋਕ ਆਪਨੇ ਗ੍ਰਿਫਤਾਰ ਕੀਏ ਗਾੜੀ ਮੇਂ ਬਿਠਾਏ, ਕਿਆ ਮਾਮਲਾ ਥਾ? ਇਹ ਕਾਫੀ ਚੋਰੀ ਕਰ ਰੱਖੇ ਹੈ ਸੋਨੀਪਤ ਕੇ ਅੰਦਰ, ਜਿਨਮੇ ਇਹ ਵਾਂਟਿਡ ਥੇ ਉਨਕੋ ਅਰੈਸਟ ਕੀਆ ਯਹਾਂ ਸੇ। ਅਰੈਸਟ ਕਰ ਲਿਆ?
कानूनन अनुसार आपने जो पंजाब में एंट्री किया था उसके लिए सुनामपुरा थाने में एंट्री हुआ आपका? वो यहाँ पुलिस बताएगी आप? नहीं, आपने एंट्री करवाया, पुलिस नहीं बताएगी। आपने बाहर के स्टेट से आगे अदर स्टेट में आए हैं, क्या उस थाने में इंटीमेशन किया? हाँ, तो गाड़ियों की नंबर प्लेट गलत क्यों है? पुलिस के तरीके बहुत होते हैं, दूसरी बात होते हैं, बिल्कुल बिल्कुल चोरी में बांट।